ਗਾਰੂ ਐਕਸਰਸਾਈਜ਼ ਕਰ ਲਈ ਹੁਣ ਡੋਲੇ ਬਣ ਗਏ ਹੁਣ ਆ ਰਿਹਾ ਤੁਹਾਡੇ ਮੈਂ ਪਿੱਛੇ What a beautiful day. Okay, ਜੀ ਅੱਜ ਆ ਗਿਆ ਦਸੰਬਰ ਦਾ ਮਹੀਨਾ 2019 ਅਤੇ ਅੱਜ ਮੇਰੀ ਵਾਈਫ ਦਿਸ਼ੂ ਨੂੰ ਇੱਥੇ ਆਸਟ੍ਰੇਲੀਆ ਹੋ ਗਿਆ ਇੱਕ ਸਾਲ ਅਤੇ ਉਹਦਾ ਐਕਸਪੀਰੀਅੰਸ ਪੁੱਛਦੇ ਹਾਂ ਇੱਕ ਸਾਲ ਦਾ ਉਹਨੂੰ ਕਿੱਦਾਂ ਲੱਗਾ ਆਸਟ੍ਰੇਲੀਆ ਕੀ ਉਹਨੂੰ ਚੀਜ਼ਾਂ ਸਿੱਖਣ ਨੂੰ ਮਿਲੀਆਂ ਕੀ ਉਹਦੇ ਲਈ ਇੱਕ ਸ਼ੋਕਿੰਗ ਸੀਗਾ ਕਿੱਦਾਂ ਰਿਹਾ ਇੱਕ ਸਾਲ ਉਹਦਾ ਅਤੇ ਉਹਨੂੰ ਉਹਦਾ ਐਕਸਪੀਰੀਅੰਸ ਪੁੱਛਦੇ ਜਾ ਕੇ ਮਦਰ ਨੇਚਰ ਐਟ ਇਟਸ ਬੈਸਟ You got the upper hand, I've been down on my luck. Yeah, I've had better days, but of highs, steep falls. There's a reason why people love an underdog. Battles on one, they just show who you are. And in the end, you know I'm open mind. Maybe not today, maybe not tomorrow, but soon. ਉਹ ਇੱਥੇ ਆਏ ਸੀਗੇ ਆਪਾਂ ਪਾਰਕ 'ਚ ਅੱਜ ਯਾਰ ਮੈਂ ਕਿਹਾ ਚਲੋ ਅੱਜ ਆਪਣੀ ਵਾਈਫ ਦਾ ਐਕਸਪੀਰੀਅੰਸ ਤਾਂ ਪੁੱਛੀਏ ਕਿੱਦਾਂ ਰਿਹਾ ਇੱਕ ਸਾਲ ਦਾ ਹੈ ਨਾ ਅਤੇ ਥੋੜ੍ਹਾ ਜਿਹਾ ਖੁੱਲ੍ਹੇ ਜਿਹੇ ਮਾਹੌਲ 'ਚ ਆਪਾਂ ਆਏ ਹਾਂ ਇੱਥੇ ਕੰਗਾਰ ਕੰਗੂਰੂ ਨਾਲ ਸਾਡੇ ਗੁਆਂਢੀ ਹੈਗੇ ਇੱਥੇ ਬੈਠੇ ਦੇ ਨਾਲ ਅਤੇ ਇਹਨਾਂ ਨੂੰ ਦੇਖੀ ਡਰਾ ਕੇ ਹੁਣ ਇਹਨਾਂ ਨੂੰ ਡਰਾ ਕੇ ਦੌੜ ਦੌੜਾਉਣਾ ਇਹਨਾਂ ਨੂੰ ਦੇਖੀ ਹੁਣ ਉਹ ਤੇਰੀ ਰੂਹਾ ਖੜ੍ਹਾ ਹੋਵੇ ਤੇਰੀ ਨੂੰ ਭਰਾ ਕੇ ਅਤੇ ਮੇਰੇ ਨਾਲ ਪੈ ਜੀ ਇੱਥੇ ਹੁਣ ਇਹ ਪੰਗਾ ਪੈ ਚੱਲਾ ਸੀਗਾ ਹੁਣ ਇੱਥੇ ਮੈਂ ਬੜੀ ਛੇਤੀ ਦੌੜਿਆ ਮੈਂ ਖਰੇ ਕੰਗਾਰੂ ਸਾਰੇ ਡਰ ਕੇ ਦੌੜ ਜੂੰਗੇ ਹੈ ਨਾ ਪਰ ਸਾਰੇ ਬਾਕੀ ਦੌੜ ਗਏ ਇਹਨਾਂ ਦਾ ਲੀਡਰ ਸਭ ਨੇ ਦਾ ਖੜੋ ਗਿਆ ਕਈ ਪੈ ਵੀ ਜਾਂਦੇ ਹੁੰਦੇ ਭਰਾ ਵੱਡੇ ਜਿਹੜੇ ਕੰਗਾਰੂ ਹੁੰਦੇ ਨਾ ਬੋਕਸਿੰਗ ਕਰਦੇ ਹੁੰਦੇ ਆ ਆਸਟ੍ਰੇਲੀਆ ਦੇ ਪਰ ਚਲੋ ਐਨੀਵੇ ਯਾਰ ਅੱਜ ਜਿਹੜੀ ਵੀਡੀਓ ਬਣਾਉਣ ਆਏ ਹਾਂ ਆਪਾਂ ਉਹ ਹੈਗੀ ਹੈ ਆਪਣੇ ਵਾਈਫ ਦੇ ਬਾਰੇ ਐਕਸਪੀਰੀਅੰਸ ਬਾਰੇ ਯਾਰ ਇੱਕ ਸਾਲ ਹੋ ਗਿਆ ਉਹਨੂੰ ਅੱਜ ਦਸੰਬਰ 2019 ਹੋ ਗਈ ਹੈ ਦਸੰਬਰ 2018 ਨੂੰ ਇਹ ਆਈ ਸੀ ਕਿ ਆਸਟ੍ਰੇਲੀਆ ਇੱਥੇ ਅਤੇ ਇਹਦੇ ਕੋਲ ਪੁੱਛਦੇ ਹਾਂ ਕਿ ਕਿੱਦਾਂ ਕਿੱਦਾਂ ਐਕਸਪੀਰੀਅੰਸ ਰਿਹਾ ਫਿਰ ਤੇਰਾ ਆਸਟ੍ਰੇਲੀਆ ਆ ਗਏ ਹਾਂ ਵੀ ਦਿਸ਼ੂ ਪਹਿਲਾਂ ਫਸਟ ਆਫ ਆਲ ਤਾਂ ਤੈਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਤੈਨੂੰ ਇੱਕ ਸਾਲ ਤੂੰ ਪੂਰਾ ਕੀਤਾ ਆਪਣਾ ਇੱਥੇ ਆਸਟ੍ਰੇਲੀਆ ਦੇ ਵਿੱਚ ਅਤੇ ਫਿਰ ਦੱਸ ਆਪਣਾ ਐਕਸਪੀਰੀਅੰਸ ਚੰਗੇ ਮਾੜੇ ਜਿੰਦਾ ਦੇ ਤੇਰੇ ਵਧੀਆ ਤੋਂ ਜਿੰਦਾ ਦੇ ਤੇਰੇ ਐਕਸਪੀਰੀਅੰਸ ਰਹੇ ਇੱਕ ਸਾਲ ਦੇ ਦੱਸ ਮੈਨੂੰ ਕਿੱਦਾਂ ਰਿਹਾ ਤੇਰਾ ਮੇਰੇ ਨਾਲ ਚੰਗੇ ਵੀ ਐਕਸਪੀਰੀਅੰਸ ਹੋਏ ਆ ਮਾੜੇ ਵੀ ਐਕਸਪੀਰੀਅੰਸ ਹੋਏ ਆ ਮਤਲਬ ਸਾਰੇ ਐਕਸਪੀਰੀਅੰਸ ਹੋਏ ਆ ਜੋ ਅਨਬਿਲੀਵੇਬਲ ਹੁੰਦੇ ਆ ਔਰ ਮਤਲਬ ਅਸੀਂ ਇੰਡੀਆ ਤੋਂ ਆਏ ਹਾਂ ਨਾ ਇੰਡੀਆ ਤੋਂ ਸਾਡਾ ਮਾਹੌਲ ਅਲੱਗ ਹੁੰਦਾ ਹੈ ਹੁਣ ਆਪਾਂ ਆਸਟ੍ਰੇਲੀਆ 'ਚ ਆਏ ਆਸਟ੍ਰੇਲੀਆ 'ਚ ਸਾਡਾ ਮਾਹੌਲ ਅਲੱਗ ਹੈਗਾ ਆ ਅਤੇ ਫਿਰ ਆਸਟ੍ਰੇਲੀਆ ਦੇ ਮਾਹੌਲ 'ਚ ਆ ਕੇ ਆਸਟ੍ਰੇਲੀਆ ਵਾਲਿਆਂ ਨਾਲ ਜਿੱਦਾਂ ਹੁੰਦਾ ਨਾ ਉੱਦਾਂ ਹੀ ਢਲਣਾ ਪੈਂਦਾ ਹੈ ਫਿਰ ਇੱਦਾਂ ਹੁੰਦਾ ਕਿ ਸਭ ਤੋਂ ਪਹਿਲਾਂ ਮੈਨੂੰ ਇੱਥੇ ਸਿੱਖਣ ਨੂੰ ਬਹੁਤ ਕੁਛ ਮਿਲਿਆ ਈਵਨ ਸਿੱਖਣ ਨੂੰ ਇਹ ਮਿਲਿਆ ਕਿ ਮੈਂ ਇੱਥੇ ਸਾਰਾ ਕੁਛ ਨਵੇਂ ਸਟਾਈਲ ਦਾ ਸਾਰਾ ਕੁਛ ਸਿੱਖਿਆ ਔਰ ਇੱਥੇ ਆ ਕੇ ਗੱਡੀ ਸਿੱਖੀ ਆ ਇੱਕ ਨਵੇਂ ਰੂਲ ਅਪਣਾਏ ਆ ਨਵੀਂ ਲਾਈਫ ਅਪਣਾਈ ਹੈਗੀ ਆ ਮਤਲਬ ਇੱਕ ਨਵਾਂ ਬੇਸ ਬਣਿਆ ਹੈਗਾ ਬਹੁਤ ਅੱਛਾ ਲੱਗਾ ਆ ਮੈਨੂੰ ਈਵਨ ਮੰਮੀ ਵੀ ਮੇਰੇ ਨਾਲ ਹੀ ਸੀਗੇ ਮੇਰੇ ਮਦਰ ਇਨ ਲਾਅ ਉਹਨਾਂ ਦਾ ਵੀ ਕਾਫੀ ਸਪੋਰਟੇਬਲ ਰਿਹਾ ਮੈਨੂੰ ਅਤੇ ਇੱਕ ਹੁੰਦਾ ਨਾ ਜਿੱਦਾਂ ਫੈਮਿਲੀ ਸਪੋਰਟੇਬਲ ਹੁੰਦਾ ਆ ਇਹਨਾਂ ਦਾ ਸੀਗਾ ਮੰਮੀ ਦਾ ਸੀਗਾ ਸਾਰਿਆਂ ਨੇ ਇਕੱਠਿਆਂ ਨੇ ਮਿਲ ਕੇ ਮਤਲਬ ਕਾਫੀ ਜ਼ਿਆਦਾ ਵਧੀਆ ਸਾਡਾ ਰਿਹਾ ਹੈਗਾ ਆ ਬਾਕੀ ਤਾਂ ਆਪਣੇ 'ਤੇ ਡਿਪੈਂਡ ਆ ਨਾ ਕਿੰਨੀ ਕੁ ਅੱਗੇ ਜਾਣਾ ਜੇ ਜ਼ਿਆਦਾ ਇੰਪਰੂਵਮੈਂਟ ਕਰਨੀ ਆ ਤੁਸੀਂ ਆਪਣੇ ਆਪ ਦੀ ਅਤੇ ਤੁਸੀਂ ਆਪਣੇ ਆਪ ਨੂੰ ਹੋਰ ਅੱਗੇ ਵਧਾ ਸਕਦੇ ਹੋ ਪਰ ਜਿੰਨਾ ਵੀ ਮੇਰਾ ਇੱਕ ਸਾਲ ਦਾ ਐਕਸਪੀਰੀਅੰਸ ਰਿਹਾ ਨਾ ਮੈਨੂੰ ਖੁਦ ਨੂੰ ਲੱਗਦਾ ਕਿ ਮੈਂ ਬਹੁਤ ਅੱਛਾ ਐਕਸਪੀਰੀਅੰਸ ਕੀਤਾ ਬਾਕੀ ਤਾਂ ਮੇਰੇ ਹਸਬੈਂਡ ਨੂੰ ਪਤਾ ਹੈ ਚਲੋ ਵਧੀਆ ਯਾਰ ਬਹੁਤ ਬੰਦਾ ਜਦੋਂ ਯਾਰ ਪਹਿਲੀ ਵਾਰ ਆਉਂਦਾ ਆਸਟ੍ਰੇਲੀਆ ਥੋੜ੍ਹਾ ਜਿਹਾ ਉਹਦੇ ਲਈ ਔਖਾ ਹੋ ਜਾਂਦਾ ਵਾ ਹੈ ਨਾ ਆ ਜਾ ਦਿਸ਼ੂ ਅੱਗੇ ਆ ਜਾ ਉੱਥੇ ਬਹਿਣੇ ਜਾ ਕੇ ਕ੍ਰਿਕਟ ਦੇ ਪਿੱਚ ਦੇ ਅੱਗੇ ਜਾ ਕੇ ਆਸਟ੍ਰੇਲੀਆ ਵਿੱਚ ਇੱਕ ਅਲੱਗ ਜਿਹਾ ਮਾਹੌਲ ਆ ਜਾਂਦਾ ਨਾ ਜਿੱਦਾਂ ਇੰਡੀਆ ਹੁੰਦੇ ਆਪਾਂ ਉੱਥੇ ਸਾਰੇ ਆਪਣਾ ਇੱਕ ਅਲੱਗ ਲਾਈਫ ਹੈ ਇੱਥੇ ਆਸਟ੍ਰੇਲੀਆ ਅੱਗੇ ਅਲੱਗ ਲਾਈਫ ਹੈ ਸ਼ੁਰੂ ਸ਼ੁਰੂ 'ਚ ਇਹਨੂੰ ਥੋੜ੍ਹੀ ਪਰੇਸ਼ਾਨੀਆਂ ਹੋਈਆਂ ਯਾਰ ਕਿ ਇੱਥੇ ਕੀ ਆ ਕੀ ਹਿਸਾਬ ਕਿਤਾਬ ਹੈ ਇੱਥੇ ਸਾਰਾ ਹੈ ਨਾ ਕਿੱਦਾਂ ਮੈਨੇਜ ਹੋਊਗਾ ਜੋਬ ਜੂਬ ਦਾ ਕਿੱਦਾਂ ਮੈਨੇਜ ਹੋਊਗਾ ਪਰ ਇਹਨੇ ਬੜੀ ਜਾਣੀ ਨਾ ਆਪਣੀ ਮਿਹਨਤ ਨਾਲ ਬੜੀ ਇਹਦੇ 'ਚ ਲੱਗਣ ਹੈਗੀ ਹੈ ਜਿਹੜੇ ਕੰਮ ਨੂੰ ਫੜ ਲੈਂਦੀ ਹੈ ਨਾ ਉਹ ਬਸ ਕਰਕੇ 'ਚ ਕਰਕੇ ਕਰਦੀ ਹੈ ਜਿੱਦਾਂ ਮੈਂ ਵੂਲਵਰਥ ਕੰਮ ਕਰਦਾ ਵਾ ਹੈ ਨਾ ਅਤੇ ਮੈਨੂੰ ਵੂਲਵਰਥ ਜੋਬ ਮਿਲ ਗਈ ਇਹਨੂੰ ਠੀਕ ਹੈ ਅਤੇ ਵੂਲਵਰਥ ਇਹਨੂੰ ਜੋਬ ਮਿਲੀ
ਤੇ ਯਾਰ ਮੈਨੂੰ ਇੰਨੀ ਜ਼ਿਆਦਾ ਉਮੀਦ ਮੈਨੂੰ ਹੁੰਦਾ ਤਾਂ ਪਤਾ ਸੀ ਕਿ ਵਧੀਆ ਵਰਕਰ ਹੈਗੀ, ਪਰ ਮੈਨੂੰ ਵੂਲਵਰ ਥੋੜ੍ਹਾ ਹਾਰਡ ਕੰਮ ਹੁੰਦਾ ਠੀਕ ਹੈ, ਪਰ ਇਹਨੇ ਯਾਰ ਬੜੀ ਆਪਣੀ ਮਿਹਨਤ ਨਾਲ ਲਗਨ ਨਾਲ ਵਧੀਆ ਕੰਮ ਕੀਤਾ ਵੂਲਵਰ 'ਚ ਜਾ ਕੇ ਨਾ, ਯਾਨੀ ਕਿ ਮੈਨੂੰ ਪ੍ਰਾਊਡ ਫੀਲ ਕਰਾਇਆ, ਯਾਨੀ ਕਿ ਬਾਕੀ ਯਾਰ ਮੈਨੂੰ ਸੀਗਾ ਪਹਿਲਾਂ ਯਾਰ ਕਹੂੰਗੇ ਕਿ ਮੇਰੀ ਰੈਫਰੈਂਸ ਨਾ ਆਈ ਆ ਉੱਥੇ ਕੰਮ 'ਤੇ, ਤਾਂ ਐਵੇਂ ਕੋਈ ਕੰਮ ਜੇ ਕੋਈ ਇੰਨੇ ਵਧੀਆ ਨਹੀਂ ਕੀਤਾ ਤਾਂ ਐਵੇਂ ਬਾਅਦ 'ਚ ਪੰਗਾ ਪੂੰਗਾ ਯਾਰ ਕਿ ਤੇਰੀ ਰੈਫਰੈਂਸ 'ਚ ਆਏ ਕੰਮ ਨਹੀਂ ਵਧੀਆ ਹੋਇਆ। ਅਤੇ ਇਸ ਕਰਕੇ ਆਪਾਂ ਫਿਰ ਇਹਨੇ ਬਹੁਤ ਵਧੀਆ ਮਤਲਬ ਆਪਣੇ ਆਪ ਨੂੰ ਪ੍ਰੂਫ ਕੀਤਾ ਯਾਨੀ ਉੱਥੇ ਨਾ ਵੂਲਵਰ 'ਚ। ਬਾਕੀ ਜਿੱਦਾਂ ਘਰ ਦੇ ਕੰਮ ਹੋ ਗਏ, ਆਪਣੇ ਘਰ ਦੇ ਕੰਮ ਵੀ ਆਪਣੇ ਵਧੀਆ ਸ਼ਿੱਦਤ ਨਾਲ ਕਰਦੇ, ਬਾਕੀ ਮੈਂ ਵੀ ਇੰਨਾ ਹੈਲਪ ਕਰਾਉਣਾ ਘਰ ਦੇ ਕੰਮ ਕਰਨ 'ਚ ਠੀਕ ਹੈ ਨਾ। ਇੱਦਾਂ ਨਹੀਂ ਹੁੰਦਾ ਯਾਰ ਕਿ ਸਿਰਫ ਜਨਾਨੀ ਨੇ ਹੀ ਘਰ ਦੇ ਕੰਮ ਕਰਨੇ ਸਾਰੇ, ਹੈ ਨਾ, ਰਲ ਮਿਲ ਕੇ ਆਪਾਂ ਦੋਨੋਂ ਕੰਮ ਕਰੀਦਾ ਵਾ। ਜਿੱਦਾਂ ਕਈ ਵਾਰੀ ਸਬਜ਼ੀ ਬਣਾ ਦਿੰਦੀ ਤਾਂ ਜਿਹੜੇ ਮੈਂ ਭਾਂਡੇ ਪਏ ਹੁੰਦੇ ਉਹ ਕਰ ਦੇਣਾ ਸਾਫ਼, ਹੈ ਨਾ, ਇਹ 'ਚ ਕੋਈ ਸ਼ਰਮ ਵਾਲੀ ਕੋਈ ਗੱਲ ਨਹੀਂ ਹੈਗੀ ਯਾਰ ਠੀਕ ਹੈ ਨਾ। ਰਲ ਮਿਲ ਕੇ ਕੰਮ ਹੋਣਾ ਵਾ ਯਾਰ, ਜ਼ਿੰਦਗੀ 'ਚ ਤੁਸੀਂ ਕੁਛ ਕਰਨਾ ਵਾ, ਤਰੱਕੀ ਕਰਨੀ ਤਾਂ ਰਲ ਮਿਲ ਕੇ ਕੰਮ ਹੁੰਦੇ ਆ ਠੀਕ ਹੈ ਨਾ। ਜ਼ਿੰਦਗੀ ਦੇ ਵਿੱਚ ਆਪਾਂ ਕਹਿ ਦਈਏ ਕਿ ਜਨਾਨੀ ਘਰ ਦੇ ਕੰਮ ਕਰਨ, ਜਨਾਨੀ ਵੀ ਬਾਹਰ ਕੰਮ ਕਰਨ, ਸਾਰੇ ਹੀ ਕੰਮ ਕਰਨ, ਪਰ ਇਹ ਤਾਂ ਗੱਲ ਗਲਤ ਹੈ ਨਾ। ਅਤੇ ਬੜਾ ਵਧੀਆ ਯਾਰ ਇਹਨੇ ਆਪਣੇ ਆਪ ਨੂੰ ਪ੍ਰੂਫ ਕੀਤਾ ਵਾ, ਇੱਕ ਬਹੁਤ ਵਧੀਆ ਹਾਊਸ ਵਾਈਫ ਇਹਨੇ ਆਪਣੇ ਆਪ ਨੂੰ ਸਾਬਿਤ ਕੀਤਾ ਵਾ। ਹੋਪਫੁਲੀ ਆਉਣ ਵਾਲੇ ਸਾਲਾਂ, ਆਉਣ ਵਾਲੇ ਟਾਈਮ ਦੇ ਵਿੱਚ ਵੀ ਆਪਾਂ ਬਹੁਤ ਵਧੀਆ ਰਹਾਂਗੇ। ਅਤੇ ਵਧੀਆ ਯਾਰ ਇੱਕ ਰਿਲੇਸ਼ਨਸ਼ਿਪ ਨੂੰ ਇੱਕ ਖੂਬਸੂਰਤ ਕਹਿੰਦੇ ਬਣਾਉਣਾ ਨਾ ਇੱਕ ਜ਼ਿੰਦਗੀ 'ਚ, ਤਾਂ ਹੀ ਉਹ ਕਾਮਯਾਬ ਬੰਦਾ ਹੁੰਦਾ ਵਾ। ਬਹੁਤ ਜ਼ਿਆਦਾ ਪੈਸੇ ਹੋਣਾ, ਬੜਾ ਕੁਛ ਹੋਣਾ, ਉਹ ਕੋਈ ਕਾਮਯਾਬ ਇਨਸਾਨ ਦੀ ਨਿਸ਼ਾਨੀ ਥੋੜ੍ਹੀ ਹੁੰਦੀ ਆ। ਇੱਕ ਰਿਲੇਸ਼ਨਸ਼ਿਪ ਇੱਕ ਵਧੀਆ ਹੋਣ, ਤੁਹਾਨੂੰ ਦੋ ਤਿੰਨ ਤੁਹਾਡੇ ਵਧੀਆ ਫਰੈਂਡ ਹੋਣ, ਮਾਂ ਪਿਓ ਤੁਹਾਡੇ ਆਪਣੇ ਵਧੀਆ ਹੋਣ, ਆਪਣਾ ਵਧੀਆ ਰਹਿਣ, ਇਹੀ ਇੱਕ ਜ਼ਿੰਦਗੀ 'ਚ ਕਾਮਯਾਬ ਇਨਸਾਨ ਹੁੰਦਾ ਵਾ। ਬਾਕੀ ਮੈਂ ਸੋਚਿਆ ਅੱਜ ਯਾਰ ਇੱਕ ਸਾਲ ਹੋ ਗਿਆ ਤਾਂ ਕੰਪਲੀਟ, ਇੱਕ ਸਾਲ ਕੰਪਲੀਟ ਹੋਣ ਦੀ ਖੁਸ਼ੀ ਦੇ ਵਿੱਚ ਅਤੇ ਅੱਜ ਛੋਟੀ ਜਿਹੀ ਪਾਰਟੀ ਕਰਦੇ ਹਾਂ ਇਹਦੀ, ਅਤੇ ਇਸ ਕਰਕੇ ਮੈਂ ਸੋਚਿਆ ਮੈਂ ਕਿਹਾ ਪਾਰਕ 'ਚ ਆ ਕੇ ਅਤੇ ਥੋੜ੍ਹੀ ਛੋਟੀ ਜਿਹੀ ਵੀਡੀਓ ਬਣਾਉਂਦੇ ਹਾਂ ਅਤੇ ਨਾਲ ਤੁਹਾਨੂੰ ਵਿਊ ਦਿਖਾਉਂਦੇ ਹਾਂ। ਅਤੇ ਹੋਰ ਦਿਸ਼ੂ ਆਪਣਾ ਤੇਰਾ ਕੋਈ ਚੰਗਾ ਮਾੜਾ ਐਕਸਪੀਰੀਅੰਸ ਦੱਸੂਗੀ, ਕੋਈ ਹੋਰ ਬਾਕੀ ਵਧੀਆ ਤੇਰਾ ਕਿੱਦਾਂ ਗਿਆ ਸਾਰਾ, ਕਿੱਦਾਂ ਦਾ ਲੱਗਾ ਆਸਟ੍ਰੇਲੀਆ ਦੇ ਨੂੰ ਆ ਕੇ, ਤੇਰੇ ਲਈ ਸ਼ੋਕਿੰਗ ਕੀ ਆ, ਮਤਲਬ ਕਿੱਦਾਂ ਦਾ ਤੇਰਾ ਐਕਸਪੀਰੀਅੰਸ ਕਿੱਦਾਂ ਰਿਹਾ। ਪਹਿਲੇ ਮੈਂ ਇੱਕ ਗੱਲ ਕਹਿ ਸਕਦੀ ਹਾਂ ਕਿ ਜਦੋਂ ਮੈਂ ਇੱਥੇ ਆਈ ਸੀ ਨਾ, ਮੈਂ ਬਹੁਤ ਜ਼ਿਆਦਾ ਨਰਵਸ ਸੀਗੀ ਕਿ ਯਾਰ ਸ਼ੁਰੂ ਤੋਂ ਸਟਾਰਟ ਕਰਨਾ ਕਿ ਕਿੱਦਾਂ ਕਰਾਂਗੇ ਕਿੱਦਾਂ ਨਹੀਂ ਕਰਾਂਗੇ, ਬਹੁਤ ਡਿਫੀਕਲਟ ਲੱਗਦਾ ਸੀਗਾ, ਹਰ ਚੀਜ਼ ਨੂੰ ਦੇਖ ਕੇ ਹੀ ਡਰ ਲੱਗਦਾ ਸੀਗਾ। ਪਰ ਮੈਂ ਤੁਹਾਨੂੰ ਕਹੂੰਗੀ ਜੇ ਤੁਸੀਂ ਨਵੇਂ ਆਸਟ੍ਰੇਲੀਆ 'ਚ ਆ ਰਹੇ ਹੋ ਨਾ, ਤੁਸੀਂ ਘਬਰਾਉਣਾ ਨਹੀਂ ਹੈਗਾ, ਮਤਲਬ ਇੱਕ ਗਟਸ ਰੱਖਣੇ ਆਪਣੇ 'ਚ, ਮੈਂ ਕਰ ਸਕਦਾ। ਕਦੇ ਇਹ ਨਹੀਂ ਕਹਿਣਾ ਕਿ ਮੈਂ ਨਹੀਂ ਕਰ ਸਕਦਾ, ਜਿਹੜਾ ਬੰਦਾ ਕਰ ਵੀ ਸਕਦਾ ਨਾ ਉਹ ਆਪਣੇ ਅੰਦਰ ਜੇ ਗਟਸ ਨਾ ਹੋ ਨਾ ਨਹੀਂ ਕਰ ਸਕਦਾ ਚੀਜ਼। ਇਸ ਕਰਕੇ ਮੈਂ ਕਈ ਵੇਲੇ ਬਹੁਤ ਡਾਊਨ ਫੀਲ ਕਰਨਾ, ਪਰ ਅੰਦਰੋਂ ਦੀ ਇੱਕ ਸੀਗਾ ਕਿ ਮੈਂ ਕਰ ਸਕਦੀ ਹਾਂ। ਫਿਰ ਕੁਛ ਇਹਨਾਂ ਨੇ ਮੈਨੂੰ ਪੁਸ਼ ਕੀਤਾ ਹੌਲੀ ਹੌਲੀ ਕਰਕੇ, ਮਤਲਬ ਜੋ ਮੈਂ ਚੀਜ਼ ਕਰ ਸਕਦੀ ਨਾ ਉਹਨੂੰ ਮੈਂ ਡਬਲ ਤਰੀਕੇ ਨਾਲ ਕੀਤਾ, ਅਤੇ ਮੇਰੀ ਜਿਹੜੀ ਇੰਪਰੂਵਮੈਂਟ ਹੋਈ ਨਾ, ਮਤਲਬ ਮੈਨੂੰ ਖੁਦ ਨੂੰ ਲੱਗਦਾ ਕਿ ਮੈਂ ਵਧੀਆ ਕਰ ਰਹੀ ਹਾਂ। ਬਾਕੀ ਤਾਂ ਤੁਹਾਡੇ ਓਪੀਨੀਅਨ ਹੁੰਦਾ ਹੀ ਆ, ਜਿਹੜੇ ਤੁਹਾਨੂੰ ਤੁਹਾਡੇ ਫਰੈਂਡਸ ਦੱਸ ਸਕਦੇ ਆ ਤੁਹਾਡੇ ਨਾਲ ਸਭ। ਬਾਕੀ ਯਾਰ ਨਾਲ ਇੱਦਾਂ ਰਿਹਾ ਨਾ ਕਿ ਇੱਕ ਬੰਦੇ ਲਈ ਔਖਾ ਹੋ ਜਾਂਦਾ ਵਾ ਜਦੋਂ ਬੰਦਾ ਇੰਡੀਆ ਤੋਂ ਇੱਥੇ ਆਉਂਦਾ ਨਾ, ਸ਼ੁਰੂ ਸ਼ੁਰੂ 'ਚ ਥੋੜ੍ਹਾ ਟਾਈਮ ਲੱਗਦਾ ਮੈਨੇਜ ਕਰਦੇ, ਐਡਜਸਟ ਹੁੰਦੇ, ਫਿਰ ਜਦੋਂ ਜਦੋਂ ਹੌਲੀ 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 ਬੰਦਾ ਜਦੋਂ ਫਿਰ ਇੱਥੇ ਦਾ ਰੰਗਾ ਜੀ ਰੰਗ ਜਾਂਦਾ ਵਾ, ਉਹ ਤਾਂ ਨੈਚੁਰਲੀ ਆ ਹੈ ਨਾ, ਇਹ ਤਾਂ ਨੋਰਮਲੀ ਹੈਗਾ। ਬਟ ਇਹਨੇ ਆਪਣਾ ਨੂੰ ਪ੍ਰੂਫ ਕੀਤਾ ਅਤੇ ਆਪਣੇ ਆਪ ਨੂੰ ਇੱਕ ਵਧੀਆ ਇੱਕ ਸਾਬਿਤ ਕੀਤਾ ਕਿ ਯਾਰ ਵਧੀਆ ਇਹ ਹੈ, ਆਸਟ੍ਰੇਲੀਆ ਆ ਕੇ ਕੰਮ ਕਰ ਸਕਦੀ ਹੈ, ਇਹਦੇ ਵਿੱਚ ਸੁਪਨੇ ਹੈਗੇ ਆ, ਡ੍ਰੀਮ ਹੈਗੇ ਆਪਣੇ, ਇਹਨੇ ਪੂਰੇ ਕਰਨੇ ਆ ਗਏ ਇੱਥੇ, ਅਤੇ ਮੈਂ ਵੀ ਹੈਲਪ ਕਰਾਵਾਂਗਾ ਤੇਰੇ ਯਾਰ, ਪੂਰੇ ਤੇਰੇ ਸੁਪਨੇ ਹੈਗੇ ਆ, ਸਾਰਾ ਕੁਛ ਆਪਣਾ ਵਧੀਆ ਅਚੀਵ ਕਰਨ 'ਚ ਆਪਾਂ ਰਲ ਮਿਲ ਕੇ ਵਧੀਆ ਆਪਣਾ ਜ਼ਿੰਦਗੀ ਗੁਜ਼ਾਰਾਂਗੇ ਯਾਰ ਇੱਥੇ, ਠੀਕ ਹੈ ਨਾ। ਅਤੇ ਆਉਣ ਵਾਲੇ ਟਾਈਮ ਦੇ ਵਿੱਚ ਯਾਰ ਜਦੋਂ ਫੈਮਿਲੀ ਹੋਊਂਗੀ ਸਾਡੀ, ਬੱਚੇ ਆਪਣੇ ਸਾਡੇ ਤਾਂ ਪ੍ਰਾਊਡ ਫੀਲ ਕਰੋਗੇ, ਠੀਕ ਹੈ ਨਾ। ਜਦੋਂ ਸਾਡੇ ਵੀ ਇੱਕ ਮੰਮੀ ਪਾਪਾ ਸੀਗੇ ਆਸਟ੍ਰੇਲੀਆ ਆਏ ਸੀਗੇ, ਪਹਿਲੀ ਜਨਰੇਸ਼ਨ ਸਾਡੀ, ਜਦੋਂ ਸਾਡੇ ਅੱਗੇ ਬੱਚੇ ਹੋਣੇ ਆ, ਉਹਨਾਂ ਨੂੰ ਵਧੀਆ ਨਹੀਂ ਰਹਿਣਾ, ਉਹਨਾਂ ਨੇ ਜੰਮਦੇ ਸਿਟੀਜ਼ਨ ਹੋ ਜਾਣਾ ਇੱਥੇ ਆਸਟ੍ਰੇਲੀਆ ਦੇ, ਨਾਲੇ ਜੰਮਦੇ ਇਹਨਾਂ ਨੂੰ ਆਸਟ੍ਰੇਲੀਆ ਦਾ ਪਾਸਪੋਰਟ ਮਿਲ ਜਾਣਾ ਸਿੱਧਾ ਹੀ ਹੈ। ਸਾਨੂੰ ਵਿਚਾਰਿਆਂ ਨੂੰ 10-11 ਸਾਲ ਲੱਗ ਗਏ, ਮੈਨੂੰ ਇਹ ਵਿਚਾਰੀ ਨੂੰ ਸਾਲ ਦੋ 3 ਸਾਲ ਲੱਗ ਜਾਣੇ ਇਹਨੂੰ, ਅਤੇ ਉਹਨਾਂ ਨੂੰ ਜੰਮਦੇ ਪਾਸਪੋਰਟ ਮਿਲ ਜਾਣਾ ਦੇ ਲੈ, ਨਹੀਂ ਵਧੀਆ ਲੱਕੀ, ਪਰ ਚਲੋ ਕੋਈ ਗੱਲ ਨਹੀਂ ਯਾਰ, ਸਾਡਾ ਖੂਨ ਹੋਣਾ ਵਾ, ਸਾਡਾ ਬਲੱਡ ਹੋਣਾ, ਸਾਡਾ ਡੀਐਨਏ ਹੋਣਾ ਵਾ, ਬਟ ਚਲੋ ਵਧੀਆ ਹੈਗੇ। ਮੈਂ ਕਿਹਾ ਚਲੋ ਯਾਰ ਇੱਕ ਸਾਲ ਹੋ ਗਿਆ ਇਹਨੂੰ ਦਿਸ਼ੂ ਨੂੰ, ਅਤੇ ਥੋੜ੍ਹਾ ਜਿਹਾ ਇਹਦਾ ਐਕਸਪੀਰੀਅੰਸ ਲਈਏ ਆ ਕੇ, ਅਤੇ ਬਾਕੀ ਤੁਸੀਂ ਵੀ ਜਿੰਦੇ ਵਸਦੇ ਰਹੋ ਯਾਰ, ਹਮੇਸ਼ਾ ਤਰੱਕੀਆ ਕਰੋ ਜ਼ਿੰਦਗੀ 'ਚ। ਇੱਕ ਚੀਜ਼ ਹੁੰਦੀ ਹੈ, ਜਿਹੜਾ ਤੁਹਾਡਾ ਪਾਰਟਨਰ ਹੁੰਦਾ ਨਾ, ਉਹ ਸਭ ਤੋਂ ਵਧੀਆ ਹੋਣਾ ਚਾਹੀਦਾ। ਹੁਣ ਮੈਨੂੰ ਇਹ ਕਿ ਮੇਰਾ ਪਾਰਟਨਰ ਬੜਾ ਵਧੀਆ ਹੈਗਾ, ਇਹਨੂੰ ਮੈਂ ਪੈਸੇ ਦਿੱਤੇ ਸੀਗੇ $100, ਮੈਂ ਕਿਹਾ ਵਧੀਆ ਵਧੀਆ ਬੋਲੀ ਮੇਰੇ ਬਾਰੇ। ਅੱਛਾ, ਨਹੀਂ ਮੈਂ ਪੈਸਿਆਂ ਦੇ ਚੱਕਰ 'ਚ ਨਹੀਂ ਹੈਗੀ, ਕੀ ਗੱਲ ਆ, ਮੇਰੀ ਬੇਇੱਜ਼ਤੀ ਕਰੀ ਜਾਂਦੇ ਮੈਂ ਯਾਰ। ਨਹੀਂ ਨਹੀਂ ਯਾਰ, ਵਧੀਆ ਵਧੀਆ, ਸਹੀ ਨਹੀਂ ਸਹੀ ਗੱਲ ਆ, ਮੇਰਾ ਪਾਰਟਨਰ ਵਾਕਈ ਬਹੁਤ ਵਧੀਆ ਹੈਗਾ ਆ। ਔਰ ਬਾਕੀ ਜਿੱਦਾਂ ਵੀ ਇੱਕ ਪਾਰਟਨਰ ਅੱਛਾ ਹੋਵੇ ਨਾ, ਲਾਈਫ ਬੜੀ ਸਮੂਥ ਹੋ ਜਾਂਦੀ ਹੈ। ਅਗਰ ਇੱਕ ਪਾਰਟਨਰ ਹੀ ਅੱਛਾ ਨਾ ਹੋਵੇ ਨਾ, ਲਾਈਫ ਸਮੂਥ ਬਣਦੀ ਜਾਂਦੀ ਜਾਂਦੀ ਵੀ ਡਗਮਗਾ ਜਾਂਦੀ ਹੈ। ਇਹ ਸਹੀ ਗੱਲ ਹੈ, ਅਤੇ ਜ਼ਿੰਦਗੀ 'ਚ ਯਾਰ ਕੋਈ ਪਰਫੈਕਟ ਹੁੰਦਾ ਨਹੀਂ, ਠੀਕ ਹੈ ਨਾ। ਕਮੀਆਂ ਸਾਰੇ 'ਚ ਹੁੰਦੀਆਂ ਵਾ, ਮੇਰੀ 'ਚ ਵੀ ਕਮੀਆਂ ਹੈਗੀਆਂ, ਇਹਦੇ ਵਿੱਚ ਕਮੀਆਂ ਹੈਗੀਆਂ, ਪਰ ਜੇ ਆਪਾਂ ਕਮੀਆਂ ਗਿਣਾਉਂਦਾ ਰਹਾਂਗੇ ਜ਼ਿੰਦਗੀ 'ਚ ਥੋੜ੍ਹੀ ਨਾ ਤੋਰ ਤੋਰ ਹੋਣਾ, ਆਪਾਂ ਵਧੀਆ ਇੱਕ ਪੋਜ਼ਿਟਿਵ ਲੈ ਕੇ ਉਹਨੂੰ ਇੱਕ ਉਹਦੀਆਂ ਕਮੀਆਂ
ਬਾਕੀ ਕੋਈ ਗੱਲ ਨਹੀਂ ਯਾਰ ਵਧੀਆ ਕੰਗ੍ਰੈਚੁਲੇਸ਼ਨ ਦਿਸ਼ੂ ਵਾਂਸ ਅਗੇਨ ਯਾਰ ਇੱਕ ਸਾਲ ਤੂੰ ਕੰਪਲੀਟ ਕੀਤਾ ਹੋਰ ਹੋਪਫੁਲੀ ਦੇਖੋ ਕਿੰਨੇ ਸਾਲ ਸਾਡੇ ਇੱਥੇ ਹੀ ਨਿਕਲ ਜਾਣੇ ਆ ਆਸਟ੍ਰੇਲੀਆ ਦੇ ਵਿੱਚ ਅਤੇ ਮੈਂ ਕਿਹਾ ਚਲੋ ਯਾਰ ਤੁਹਾਡਾ ਇੱਕ ਵੀਡੀਓ ਛੋਟੀ ਜਿਹੀ ਸ਼ੇਅਰ ਕਰਦੇ ਹਾਂ ਪਾਰਕ 'ਚ ਆ ਕੇ ਇੱਥੇ ਵਧੀਆ ਵਿਊ ਹੈਗਾ ਇੱਥੇ ਕ੍ਰਿਕਟ ਦੀ ਪਿੱਚ ਹੈਗੀ ਇੱਥੇ ਖੇਡਦੇ ਹੁੰਦੇ ਕਦੀ ਕਦੀ ਆ ਕੇ ਆਪਾਂ ਕ੍ਰਿਕਟ ਵੀ ਅਤੇ ਉਹਦਾ ਵੀ ਹਨੇਰਾ ਹੋ ਰਿਹਾ ਇੱਥੇ ਅਤੇ ਹੁਣ ਆਪਾਂ ਚੱਲੀਏ ਅਤੇ ਜਿੰਦੇ ਵਸਦੇ ਰਹੋ ਯਾਰ ਕੋਈ ਸਵਾਲ ਸਵੂਲ ਹੋਊਗਾ ਪੁੱਛਿਓ ਅਤੇ ਜਿੰਦੇ ਵਸਦੇ ਰਹੋ ਫਿਰ ਹੈ ਟੇਕ ਕੇਅਰ ਬਾਏ ਬਾਏ।